निर्देश ने कि जो पुराना हो गया सानू कोई शौक नहीं है कि असी किसी नाल बदलाखोरी की भावना नाल सरकार चलानी है। साडा मुख उद्देश यही है कि असी लोकां दे कम्मां बारे सोचना, असी अगे सोचना भी पंजाब नूं लीहां वल किधर चंगे पासे किवें लैके जाना, चंगीयां लीहां किवें अगे नौजवान पीढ़ी दीयां रखणियां, बच्चियां दीयां किवें रखणियां, भी जो हो गया हवा गया परमात्मा तों माफी मंग के चंगी नीत नाल आओ कट्ठे तुरीए। जे असी किसे भी बंदा अपनी जिहड़ी नीयत उहनूं ठीक नहीं करदा ਤਾਂ ਇੱਥੇ ਰਹਿ ਕਿਹਨੇ ਜਾਣਾ, ਜਿਨ੍ਹਾਂ ਤੇ ਰਾਜ ਕਰਨਾ, ਜਿਨ੍ਹਾਂ ਤੇ ਚੌਧਰ ਕਰਨੀ ਹੈ, ਜਿਨ੍ਹਾਂ ਜਿਹੜਾ ਸਿਸਟਮ ਪੁਰਾਣਾ ਚੱਲਦਾ ਸੀ। ਜੇ ਬੱਚੇ ਰਹਿਣਗੇ ਨਹੀਂ ਤਾਂ ਵਿਦੇਸ਼ਾਂ ਨੂੰ ਪਹਿਲਾਂ ਭੱਜ ਗਏ, ਅਸੀਂ ਕਲੀਅਰ ਕਹਿ ਰਹੇ ਹਾਂ ਸਾਰੀਆਂ ਗੱਲਾਂ। ਜਿਹੜੇ ਵਿਰੋਧੀ ਹੁੰਦੇ ਆ ਜੀ, ਇਹਨਾਂ ਨੂੰ ਆਪਾਂ 70 ਸਾਲ ਦੇ ਕੇ ਰੱਖੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਵੀ ਜੇ ਤੁਹਾਡੇ ਤੋਂ ਕੁਛ ਹੋਇਆ ਨਹੀਂ ਨਾ ਤਾਂ ਮਾੜਾ ਮੋਟਾ ਆਪਣੀ ਅਕਲ ਨੂੰ ਹੱਥ ਮਾਰੋ ਤੇ ਸਾਨੂੰ ਕੰਮ ਕਰਨ ਦਿਓ। ਸਾਰਾ ਸਿਸਟਮ ਸਰਕਾਰੀ ਉੱਪਰ ਤੋਂ ਲੈ ਕੇ ਨੀਚੇ ਤੱਕ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲਦਾ, ਅਸੀਂ ਲੋਕਾਂ ਦੇ ਦਿੱਤੇ ਹੋਏ ਪੈਸੇ ਨਾਲ ਕੰਮ ਕਰਦੇ ਹਾਂ। ਹੋਰ ਵਧੀਆ ਤਰੀਕੇ ਨਾਲ ਜਿਹੜੇ ਸਕੂਲ ਆਫ ਐਮੀਨੈਂਸ ਬਣਾ ਰਹੇ ਹਾਂ, ਜਿੱਥੇ ਅੱਛੇ ਇਨਫਰਾਸਟ੍ਰਕਚਰ ਦੇ ਨਾਲ ਨਾਲ ਤਕਨੀਕੀ ਵਿੱਦਿਆ ਦੇ ਨਾਲ ਨਾਲ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਦਾ ਸਟੈਂਡਰਡ ਆ ਉੱਪਰ ਚੱਕਾਂਗੇ। ਕਿਉਂਕਿ ਪੇਰੈਂਟਸ ਨੂੰ ਦੋ ਤਰੀਕੇ ਦੀ ਫਿਕਰ ਹੁੰਦੀ ਹੈ, ਇੱਕ ਤਾਂ ਵੀ ਬੱਚਾ ਜਿਹੜਾ ਇੱਕ ਮਿਡਲ ਕਲਾਸ ਬੰਦਾ ਜਾਂ ਗਰੀਬ ਬੰਦਾ ਉਹਨੂੰ ਹੁੰਦਾ ਵੀ ਬੱਚੇ ਜਿਹੜੇ ਮੇਰੇ ਵਧੀਆ ਪੜ੍ਹਨ, ਤੇ ਜੇ ਸਰਕਾਰ ਇਹ ਟੈਨਸ਼ਨ ਦੂਰ ਕਰਦੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੀ ਚਿੰਤਾ ਦੂਰ ਹੁੰਦੀ ਹੈ। ਤੇ ਆਉਣ ਵਾਲੇ ਕੁਝ ਦਿਨਾਂ 'ਚ 500 ਜਿਹੜੇ ਮਹੱਲਾ ਕਲੀਨਿਕ ਆ ਉਹ ਅਸੀਂ ਓਪਨ ਕਰਾਂਗੇ, ਜਿਹਦੇ ਨਾਲ ਬਜ਼ੁਰਗਾਂ ਦੀ ਸਿਹਤ ਦੀ ਫਿਕਰ ਵੀ ਹੈ ਜਿਹੜੀ ਉਹ ਮੁੱਕ ਜਾਣੀ ਹੈ। ਸੋ ਸਰਕਾਰ, ਪੰਜਾਬ ਸਰਕਾਰ ਚੰਗੀ ਨੀਅਤ ਨਾਲ, ਲੋਕਾਂ ਦੀ ਸੇਵਾ ਭਾਵਨਾ ਨਾਲ, ਪੰਜਾਬ ਨੂੰ ਅੱਗੇ ਲਿਜਾਣ ਦੀ ਨੀਅਤ ਨਾਲ, ਭਗਵੰਤ ਮਾਨ ਜੀ ਲੱਗੇ ਹੋਏ ਨੇ, ਸੀਐਮ ਸਾਹਿਬ ਲੱਗੇ ਹੋਏ ਨੇ, ਤੇ ਯਕੀਨ ਦਿਵਾਉਂਦੇ ਆ ਵੀ ਹਲੇ ਸਾਲ ਕੁ ਹੋਣ ਵਾਲਾ, ਬਹੁਤ ਵਧੀਆ ਕੰਮ ਕਰਾਂਗੇ। ਨਵੀਂ ਸਰਕਾਰ ਹੈ, ਪੁਰਾਣਾ ਜਿਹੜੇ ਸਿਸਟਮ ਨੂੰ ਬੁਰੀਆਂ ਆਦਤਾਂ ਪਾਈਆਂ ਹੋਈਆਂ ਉਹਨੂੰ ਕੱਢ ਰਹੇ ਹਾਂ ਅਸੀਂ। ਜੋ ਇੱਕ ਉਲਝਿਆ ਹੋਇਆ ਤਾਣਾ ਬਾਣਾ ਸੀ, ਸਾਡੇ ਵੱਲੋਂ ਕਲੀਅਰ ਨਿਰਦੇਸ਼ ਨੇ ਵੀ ਕਰਪਸ਼ਨ ਬੰਦ ਕਰੋ, ਲੋਕਾਂ ਦੀ ਸੇਵਾ ਭਾਵਨਾ ਨਾਲ ਚੱਲੋ। ਸਾਰਾ ਸਿਸਟਮ ਸਰਕਾਰੀ ਉੱਪਰ ਤੋਂ ਲੈ ਕੇ ਨੀਚੇ ਤੱਕ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲਦਾ, ਅਸੀਂ ਲੋਕਾਂ ਦੇ ਦਿੱਤੇ ਹੋਏ ਪੈਸੇ ਨਾਲ ਕੰਮ ਕਰਦੇ ਹਾਂ। ਸੋ ਸਾਰਿਆਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਇਮਾਨਦਾਰੀ ਨਾਲ ਚੱਲਣਾ। ਸਰਕਾਰ ਬਦਲ ਚੁੱਕੀ ਹੈ, ਬੜੀ ਇਮਾਨਦਾਰ ਸਰਕਾਰ ਹੈ। ਕਲੀਅਰ ਨਿਰਦੇਸ਼ ਨੇ ਕਿ ਜੋ ਪੁਰਾਣਾ ਹੋ ਗਿਆ ਸਾਨੂੰ ਕੋਈ ਸ਼ੌਂਕ ਨਹੀਂ ਹੈ ਕਿ ਅਸੀਂ ਕਿਸੇ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਸਰਕਾਰ ਚਲਾਉਣੀ ਹੈ। ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਲੋਕਾਂ ਦੇ ਕੰਮਾਂ ਬਾਰੇ ਸੋਚਣਾ, ਅਸੀਂ ਅੱਗੇ ਸੋਚਣਾ ਵੀ ਪੰਜਾਬ ਨੂੰ ਲੀਹਾਂ ਵੱਲ ਕਿੱਧਰ ਚੰਗੇ ਪਾਸੇ ਕਿਵੇਂ ਲੈ ਕੇ ਜਾਣਾ, ਚੰਗੀਆਂ ਲੀਹਾਂ ਕਿਵੇਂ ਅੱਗੇ ਨੌਜਵਾਨ ਪੀੜ੍ਹੀ ਦੀਆਂ ਰੱਖਣੀਆਂ, ਬੱਚਿਆਂ ਦੀਆਂ ਕਿਵੇਂ ਰੱਖਣੀਆਂ। ਸੋ ਸਾਰਾ ਸਿਸਟਮ ਮਿਲ ਜੁਲ ਕੇ ਚੱਲੇ, ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ, ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ। ਪੰਜਾਬ ਦੇ ਜੰਮੇ ਆ, ਪੰਜਾਬ ਦੇ ਬੱਚੇ ਆ, ਬੜੀਆਂ ਕੁਰਬਾਨੀਆਂ ਵਾਲੀ ਧਰਤੀ ਆ, ਬੜੀ ਅਮੀਰ ਧਰਤੀ ਹੈ। ਸਾਰੇ ਸਿਸਟਮ ਨੂੰ ਮੈਂ ਬੇਨਤੀ ਕਰਦੀ ਹਾਂ ਵੀ ਜੋ ਹੋ ਗਿਆ ਹਵਾ ਗਿਆ ਪਰਮਾਤਮਾ ਤੋਂ ਮਾਫੀ ਮੰਗ ਕੇ ਚੰਗੀ ਨੀਤ ਨਾਲ ਆਓ ਇਕੱਠੇ ਤੁਰੀਏ। ਜੇ ਅਸੀਂ ਕਿਸੇ ਵੀ ਬੰਦਾ ਆਪਣੀ ਜਿਹੜੀ ਨੀਅਤ ਉਹਨੂੰ ਠੀਕ ਨਹੀਂ ਕਰਦਾ ਤਾਂ ਇੱਥੇ ਰਹਿ ਕਿਹਨੇ ਜਾਣਾ, ਜਿਨ੍ਹਾਂ ਤੇ ਰਾਜ ਕਰਨਾ, ਜਿਨ੍ਹਾਂ ਤੇ ਚੌਧਰ ਕਰਨੀ ਹੈ, ਜਿਨ੍ਹਾਂ ਜਿਹੜਾ ਸਿਸਟਮ ਪੁਰਾਣਾ ਚੱਲਦਾ ਸੀ। ਜੇ ਬੱਚੇ ਰਹਿਣਗੇ ਨਹੀਂ ਤਾਂ ਵਿਦੇਸ਼ਾਂ ਨੂੰ ਪਹਿਲਾਂ ਭੱਜ ਗਏ, ਅਸੀਂ ਕਲੀਅਰ ਕਹਿ ਰਹੇ ਹਾਂ ਸਾਰੀਆਂ ਗੱਲਾਂ ਤੇ ਭਲੇ ਦੀ ਗੱਲ ਕਰਦੇ ਪਏ ਹਾਂ। ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰ ਸਕਦੀ ਹਾਂ ਵੀ ਆਓ ਰਲ ਮਿਲ ਕੇ, ਚਾਹੇ ਉਹ ਇੱਕ PM ਤੋਂ ਲੈ ਕੇ ਇੱਕ ਆਫਿਸਰ, ਹਾਇਰ ਆਫਿਸਰ ਲੈਵਲ ਦਾ ਬੰਦਾ, ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਵੀ ਆਓ ਪੰਜਾਬ ਬਾਰੇ ਸੋਚੀਏ, ਇਸ ਬਾਬੇ ਨਾਨਕ ਦੀ ਧਰਤੀ ਬਾਰੇ ਸੋਚੀਏ, ਜਿੱਥੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਨੇ, ਸਾਹਿਬਜ਼ਾਦਿਆਂ ਨੇ ਸਾਡਿਆਂ ਨੇ, ਜਿੱਥੇ ਬੜਾ ਜ਼ੁਲਮ ਅੱਗੇ ਤਲਵਾਰ ਚੱਕੀ ਹੈ। ਆਓ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਨਾਰੇ ਉੱਤੇ ਸਾਰੇ ਜਣੇ ਚੱਲ ਕੇ ਇਹ ਧਰਤੀ ਨੂੰ ਬਚਾਈਏ। ਇਹ ਬੜੀ ਅਮੀਰ ਧਰਤੀ ਹੈ, ਬੜੇ ਨੌਜਵਾਨਾਂ ਦੇ ਵਿੱਚ ਗੁਣ ਨੇ, ਬੜੇ ਬਜ਼ੁਰਗਾਂ ਦੀਆਂ ਦੁਆਵਾਂ ਨੇ ਤੇ ਬੜੇ ਟਾਈਮ ਦੇ ਉਹ ਆਸਾਂ ਲਾ ਕੇ ਬੈਠੇ ਹੋਏ ਨੇ। ਸੋ ਜਿਸ ਆਸ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਸ ਕੰਮ ਕਰ ਰਹੀ, ਉਹਨਾਂ ਨੇ ਬਣਾਈ ਹੈ ਸਰਕਾਰ, ਅਸੀਂ ਉਸੇ ਤੇ ਚੱਲਾਂਗੇ ਜੀ। 5 ਸਾਲਾਂ ਬਾਅਦ ਲੋਕਾਂ ਨੂੰ ਅਸੀਂ ਜਵਾਬ ਦੇਣੇ ਨੇ ਤੇ ਸਾਡੇ ਤੋਂ ਲੋਕ ਆਸਾਂ ਲਈ ਬੈਠੇ, ਅਸੀਂ ਆਸਾਂ ਨਹੀਂ ਤੋੜ ਸਕਦੇ। ਬੀਜੇਪੀ ਦੇ ਹੁਣੀ ਸਵਾਲ ਚੁੱਕਣੇ ਸ਼ੁਰੂ ਕਰਤੇ ਨੇ, ਹਲੇ ਉਦਘਾਟ ਨਹੀਂ ਹੋਇਆ ਸੀ, ਕਹਿੰਦੇ ਜੀ ਪੰਜਾਬ 'ਚ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ, ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਨੇ, ਦੂਜੇ ਪਾਸੇ ਸਕੂਲ ਆਫ ਐਮੀਨੈਂਸ ਬਣਾਉਣ ਦੀ ਗੱਲ ਹੋ ਰਹੀ ਹੈ। ਦੇਖੋ ਜਿਹੜੇ ਵਿਰੋਧੀ ਹੁੰਦੇ ਆ ਜੀ, ਇਹਨਾਂ ਨੂੰ ਆਪਾਂ 70 ਸਾਲ ਦੇ ਕੇ ਰੱਖੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਵੀ ਜੇ ਤੁਹਾਡੇ ਤੋਂ ਕੁਛ ਹੋਇਆ ਨਹੀਂ ਨਾ ਤਾਂ ਮਾੜਾ ਮੋਟਾ ਆਪਣੀ ਅਕਲ ਨੂੰ ਹੱਥ ਮਾਰੋ ਤੇ ਸਾਨੂੰ ਕੰਮ ਕਰਨ ਦਿਓ। ਅਸੀਂ ਕਰ ਰਹੇ ਹਾਂ ਦੇਰ ਨਾ ਸਵੇਰ, 25,000 ਨੌਕਰੀਆਂ ਮਾਨ ਸਾਹਿਬ ਦੇ ਚੁੱਕੇ ਨੇ ਪੰਜਾਬ ਦੇ ਵਿੱਚ, ਮੇਰੇ ਖਿਆਲ 'ਚ ਹੁਣ ਤੱਕ ਦਾ ਚੰਗਾ ਰਿਕਾਰਡ ਹੈ। ਸਾਡੇ ਹੱਥ, ਅਸੀਂ ਕੋਈ ਪੈਸਾ ਤੁਹਾਡੇ ਵਾਂਗੂ ਖਾਣਾ ਨਹੀਂ ਹੈ ਜੀ, ਅਸੀਂ ਤਾਂ ਲੋਕਾਂ ਤੇ ਲਾਉਣਾ ਤੇ ਅਸੀਂ ਤੇ ਦਿਨ ਰਾਤ ਕੰਮ ਕਰਦੇ ਹਾਂ ਵੀ ਕਿਵੇਂ ਕਿੱਥੋਂ ਕਿਵੇਂ ਪੰਜਾਬ ਦੀ ਜਿਹੜੀ ਨਹਾਰ ਬਦਲ ਸਕੀ। ਐਜ਼ ਅ ਟੂਰਿਸਟ ਮਿਨਿਸਟਰ, ਟੂਰਿਜ਼ਮ ਮਿਨਿਸਟਰ,
हर हीले पांच साल विश्वास दवाउंदी जी पंजाब दे विच चहल पहल होनी है जेड़ा इन्होंने काम किए नहीं है बहुत कुछ किया जा सकता सी। एडवेंचरस टूरिज्म की पॉलिसी आ रही है, वाटर टूरिज्म की पॉलिसी आ रही है, सारे पंजाब नूं रौनक लवावांगे पुरानियां हर खिते दे विच। अज साडे एजुकेशन मिनिस्टर है साडे इस डिपार्टमेंट दे विच बहुत वधिया काम करन ते लगे होए आ, सारे मेहनत कर रहे ने। विरोधियों का काम हुंदा जी विरोध तां करना उन्हां दा दोष नहीं आ। बहुत बहुत सारयां दा जिहड़ा धन्नवाद।